ਪਰਿਵਾਰ ਦੇ ਨਾਲ ਖਾਣਾ ਖਾਣ ਜੰਤ ਦੇ ਵਿੱਚ ਗਏ ਸੀ ਇਹ ਉੱਥੇ ਦੋ ਲੜਕੇ ਰੋਹਿਤ ਐਂਡ ਨੀਰਜ ਜਿਨ੍ਹਾਂ ਨੇ ਇਹਨਾਂ ਦੇ ਨਾਲ ਛੇੜਖਾਨੀ ਕੀਤੀ ਕੰਪਲੇਂਟ ਆਉਣ ਦੇ ਨਾਲ ਦੀ ਨਾਲ ਹੀ ਕੇਸ ਰਜਿਸਟਰ ਕੀਤਾ ਅਤੇ ਇੱਕ ਦੋਸ਼ੀ ਨੂੰ ਜਿਹੜਾ ਮੌਕੇ ਤੋਂ ਫੜ ਲਿਆ ਦੂਸਰੇ ਦੋਸ਼ੀ ਦੀ ਭਾਲ ਜਾਰੀ ਹੈ ਐਕਚੁਲੀ ਇਹਨਾਂ ਕੋਲ ਬਾਹਰ ਦਾ ਲਾਇਸੈਂਸ ਹੈ ਵਾ ਬਟ ਜਿਹੜਾ ਇਹ ਝਗੜਾ ਹੋਇਆ ਇਹ ਹੋਇਆ ਮੈਨੇਜਰ ਦੇ ਕੋਲ ਹੋਇਆ ਜਦੋਂ ਇਹ ਆਪਣਾ ਬਿੱਲ ਪੇ ਕਰ ਰਹੇ ਸੀ ਔਰ ਇਹ ਬਾਹਰ ਦੇ ਵਿੱਚੋਂ ਜਿਹੜਾ ਵਾ ਦਾਰੂ ਪੀ ਕੇ ਉੱਧਰ ਜਾ ਕੇ ਉਹਨਾਂ ਦੇ ਨਾਲ ਇਹਨਾਂ ਨੇ ਜਿਹੜਾ ਵਾ ਛੇੜਖਾਨੀ ਕੀਤੀ ਪਠਾਨਕੋਟ ਸੇ ਵਰਨਪੁਰੀ ਕੀ ਰਿਪੋਰਟ AMI ਨਿਊਜ਼ ਪੰਜਾਬ। ਦੇ ਨਾਲ ਖਾਣਾ ਖਾਣ ਜੰਤ ਦੇ ਵਿੱਚ ਗਏ ਸੀ ਇਹ ਉੱਥੇ ਦੋ ਲੜਕੇ ਰੋਹਿਤ ਐਂਡ ਨੀਰਜ ਜਿਨ੍ਹਾਂ ਨੇ ਇਹਨਾਂ ਦੇ ਨਾਲ ਛੇੜਖਾਨੀ ਕੀਤੀ ਕੰਪਲੇਂਟ ਆਉਣ ਦੇ ਨਾਲ ਦੀ ਨਾਲ ਹੀ ਕੇਸ ਰਜਿਸਟਰ ਕੀਤਾ ਅਤੇ ਇੱਕ ਦੋਸ਼ੀ ਨੂੰ ਜਿਹੜਾ ਮੌਕੇ ਤੋਂ ਫੜ ਲਿਆ ਦੂਸਰੇ ਦੋਸ਼ੀ ਦੀ ਭਾਲ ਜਾਰੀ ਹੈ ਐਕਚੁਲੀ ਇਹਨਾਂ ਕੋਲ ਬਾਹਰ ਦਾ ਲਾਇਸੈਂਸ ਹੈ ਵਾ ਬਟ ਜਿਹੜਾ ਇਹ ਝਗੜਾ ਹੋਇਆ ਇਹ ਹੋਇਆ ਮੈਨੇਜਰ ਦੇ ਕੋਲ ਹੋਇਆ ਜਦੋਂ ਇਹ ਆਪਣਾ ਬਿੱਲ ਪੇ ਕਰ ਰਹੇ ਸੀ ਔਰ ਇਹ ਬਾਹਰ ਦੇ ਵਿੱਚੋਂ ਜਿਹੜਾ ਵਾ ਦਾਰੂ ਪੀ ਕੇ ਉੱਧਰ ਜਾ ਕੇ ਉਹਨਾਂ ਦੇ ਨਾਲ ਇਹਨਾਂ ਨੇ ਜਿਹੜਾ ਵਾ ਛੇੜਖਾਨੀ ਕੀਤੀ पठानकोट से वरनपुरी की रिपोर्ट AMI न्यूज पंजाब। मनचंदा टावर डलहौजी रोड।